ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਰਿਸਾਲਤ, ਨਾਰਾਏ ਹੈਦਰੀ। ਸ਼ੁਕਰੀਆ ਭਾਈ। ਇੰਝ ਨਹੀਂ ਅਗਲੇ ਤੋਂ ਪਿਛਲੇ ਬਸ ਬੁਲੰਦ ਕਰਕੇ ਆਸਮਾਨੀ ਔਰ ਗਦੀਰੀ ਨਾਰਾ ਹੈਦਰੀ, ਹੁਸੈਨੀਅਤ, ਹੁਸੈਨੀਅਤ, ਯਜ਼ੀਦੀਅਤ, ਯਜ਼ੀਦੀਅਤ, ਅਹਿਲ ਬੈਦ ਦੁਸ਼ਮਨਾਂ ਤੇ ਲਾਨਤ, ਅਹਿਲ ਬੈਦ ਦੁਸ਼ਮਨਾਂ ਤੇ ਲਾਨਤ। ਇੱਕ ਨਾਰਾ ਲਾਉਣ ਲੱਗਾ, ਸਾਰੇ ਜਵਾਬ ਦਿਓ, ਤੁਹਾਡੀ ਮੇਰੀ ਨੌਕਰੀ ਹਾਜ਼ਰੀ ਡਿਊਟੀ ਪੂਰੀ ਹੋ ਜਾਵੇ। ਸੀਨੇ ਦੀ ਤਾਕਤ ਨਾਲ ਜਵਾਬ ਦਿਓ, ਪਾਕ ਬਤੂਲ ਦੇ ਦੁਸ਼ਮਨਾਂ ਤੇ ਲਾਨਤ, ਪਾਕ ਸੈਯਦਾਂ ਦੇ ਦੁਸ਼ਮਨਾਂ ਤੇ ਲਾਨਤ। ਪੜੋ ਸਲਵਾਤ ਸਾਰੇ ਮਿਲ ਕੇ ਬਾਬਾ ਜੀ ਬੁਲੰਦ ਜੀ। ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਹੈ, ਜਿਤਨਾ ਜ਼ਹਿਨਾ ਚਲੀ ਬੁਲੰਦ ਹੈ ਉਤਨੀ ਬੁਲੰਦ ਸਲਵਾਤ ਪੜੋ। ਦੁਆ ਹੈ ਜਿਤਨੇ ਟੋਰ ਆਏ ਹੋ, ਮਾਲਕ ਅੱਲਾ ਤੁਹਾਡਾ ਸਭ ਕਟੋਰਾ ਹੈ ਕਬੂਲ ਫਰਮਾਵੇ, ਅੱਲਾ ਬਾਨੀ ਆਮ ਦੀ ਤੋਫੀਕਾ ਚ ਇਜ਼ਾਫਾ ਫਰਮਾਵੇ, ਬਾਨੀ ਆਮ ਦੇ ਰਿਜ਼ਕ ਚ ਇਜ਼ਾਫਾ ਫਰਮਾਵੇ, ਬਾਨੀ ਆਮ ਦੇ ਜਿਤਨੇ ਮਰਹੂਮੀਨ ਨੇ ਮੌਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਵੇ। ਮੇਰੇ ਮਾਲਕ ਜਿਹੜਾ ਬਿਮਾਰ ਹੈ ਸ਼ਫਾਏ ਕੁੱਲੀ ਅਤਾ ਫਰਮਾਵੇ, ਜਿਹੜਾ ਬੇ ਔਲਾਦ ਹੈ ਔਲਾਦ ਨਰੀਨਾ ਅਤਾ ਫਰਮਾਵੇ, ਜਿਹੜਾ ਬੇਰੋਜ਼ਗਾਰ ਹੈ ਮੇਰੇ ਅੱਲਾ ਰਿਜ਼ਕ ਅਤਾ ਫਰਮਾਵੇ। ਬੜੀ ਵੱਡੀ ਦੁਆ ਮੰਗ ਲੱਗਾ, ਅਮੀਨ ਸਾਰੇ ਆਖਿਓ, ਮੇਰੇ ਅੱਲਾ ਮੇਰੇ ਸਮੇਤ ਇਹਨਾਂ ਸਾਰਿਆਂ ਨੂੰ ਇਸੇ ਸਾਲ 14 ਦਾ ਜ਼ਵਾਰ ਬਣਾ, ਕਾਬੇ ਦਾ ਹਾਜੀ ਬਣਾ, ਇਮਾਮੇ ਜ਼ਮਾਨਾ ਦੀ ਜ਼ਿਆਰਤ ਨਸੀਬ ਫਰਮਾ, 12ਵੇਂ ਦਾ ਜ਼ਹੂਰ ਫਰਮਾ, ਜਿਤਨੀ ਅੰਦਰ ਕਰਬਲਾ ਦੀ ਤੜਪ ਹੈ 12ਵੇਂ ਇਮਾਮ ਦੇ ਦੀਦਾਰ ਦੀ ਤੜਪ ਹੈ ਉਤਨੀ ਬੁਲੰਦ ਸਲਵਾਤ ਪੜੋ। ਨਹੀਂ ਮਜਮਾ ਕਾਫੀ, ਆਵਾਜ਼ ਥੋੜ੍ਹੀ ਹੈ, ਬੁਲੰਦ ਸਲਵਾਤ ਪੜੋ ਭਾਈ। ਅਗਰ ਨਾਰਾਜ਼ ਨਾ ਹੋ ਤੇ ਭਾਈ ਵੀ ਬਾਰ ਬਾਰ ਇਸ਼ਾਰਾ ਕਰ ਰਹੇ ਨੇ, ਮੌਲਾ ਬਾਜ਼ ਦੇ ਨਾਂ ਤੇ ਦੋ ਦੋ ਕਦਮ ਅੱਗੇ ਨਹੀਂ ਹੋ ਜਾਂਦੇ ਤਾਂ ਕਿ ਸਾਰਿਆਂ ਨੂੰ ਜਗ੍ਹਾ ਮਿਲ ਜਾਵੇ। ਮਿਹਰਬਾਨੀ ਭਾਈਆ, ਔਰ ਕਰੀਬ ਆ ਜਾ, ਅੱਜ ਆ ਜਾ, ਬਿਸਮਿਲ੍ਲਾ। ਭਾਈ ਬਾਰ ਬਾਰ ਇਸ਼ਾਰਾ ਕਰ ਰਹੇ ਨੇ, ਤੁਸੀਂ ਵੀ ਭਾਈ ਇੱਕ ਕਦਮ ਥੋੜ੍ਹਾ ਜਾਣਾ ਤਾਂ ਕਿ ਸਾਰਿਆਂ ਨੂੰ ਜਗ੍ਹਾ ਮਿਲ ਜਾਵੇ, ਆ ਜਾਓ ਬਿਸਮਿਲ੍ਲਾ। ਬੜੀ ਮਿਹਰਬਾਨੀ ਜਨਾਬ, ਅੱਲਾ ਤੁਹਾਡਾ ਸਭ ਕਟੋਰਾ ਹੈ ਕਬੂਲ ਫਰਮਾਵੇ। ਭਾਈਆਂ ਦਾ ਹੁਕਮ ਆਇਆ, ਵਾਦਾ ਵਫਾ ਹੋ ਗਿਆ, ਤੁਹਾਡੇ ਚਿਹਰਿਆਂ ਦਾ ਦੀਦਾਰ ਹੋ ਗਿਆ, ਇਜਾਜ਼ਤ ਹੈ ਮੈਂ ਨੌਕਰੀ ਸ਼ੁਰੂ ਕਰਾਂ। ਬਿਸਮਿਲ੍ਲਾ ਪੀਏ, ਬਿਸਮਿਲ੍ਲਾ। ਮਲਕ ਤਾਲਕ ਸਾਹਿਬ ਵੱਡੇ ਭਾਈ ਨੇ ਬੁਰੇ ਵਾਲੇ ਤੋਂ ਤਸ਼ਰੀਫ ਫਰਮਾਨ, ਇੱਕ ਰੁਬਾਈ ਪੜ੍ਹਨਾ ਤੇ ਉਸ ਤੋਂ ਬਾਅਦ ਕਸੀਦਾ ਸ਼ੁਰੂ ਕਰਨਾ। ਅਲੀ ਅਲੈਹਿਸ ਸਲਾਮ ਮਿੰਬਰ ਤੇ ਤਸ਼ਰੀਫ ਫਰਮਾਨ ਹੈ, ਬਾਦਸ਼ਾਹ ਫਰਮਾਇਆ ਕੂਫੇ ਵਾਲਿਓ, ਅੱਜ ਮੈਂ ਅਲੀ ਦਾ ਦਿਲ ਹੈ, ਮੈਂ ਆਪਣੀ ਜ਼ੁਬਾਨੀ ਆਪਣੀ ਸ਼ਾਨ ਦੱਸਾਂ। ਬੜੀ ਮਿਹਰਬਾਨੀ ਬੇਟਾ, ਆਪ ਆਰਾਮ ਸੇ, ਓਕੇ, ਆਪ ਰਿਲੈਕਸ। ਅੱਜ ਮੈਂ ਅਲੀ ਦਾ ਦਿਲ ਹੈ, ਮੈਂ ਆਪਣੀ ਜ਼ੁਬਾਨੀ ਆਪਣੀ ਸ਼ਾਨ ਦੱਸਾਂ ਕਿ ਉਸ ਅੱਲਾ ਨੇ ਮੈਂ ਅਲੀ ਨੂੰ ਕਿਹੜੀ ਕਿਹੜੀ ਫਜ਼ੀਲਤ ਦਿੱਤੀ ਹੈ, ਕਿਹੜੀ ਕਿਹੜੀ ਬੁਲੰਦੀ ਦਿੱਤੀ ਹੈ। ਭਾਈਜਾਨ ਮੈਂ ਮੌਲਾ ਅਲੀ ਦੀ ਸ਼ਾਨ ਪੜ੍ਹਾਂ, ਇਹ ਮੇਰੇ ਬਜ਼ੁਰਗ ਬੈਠੇ ਨੇ, ਤੁਸੀਂ ਪੜ੍ਹੋ, ਤੁਸੀਂ ਪੜ੍ਹੋ, ਕੋਈ ਵੀ ਤੁਹਾਡੇ ਮੇਰੇ 'ਚ ਮੌਲਾ ਅਲੀ ਦੀ ਸ਼ਾਨ ਪੜ੍ਹੇ, ਬੰਦਿਆਂ ਨੂੰ ਤੁਹਾਡੀ ਮੇਰੀ ਜ਼ੁਬਾਨੀ ਅਲੀ ਨਹੀਂ ਪਚਦਾ। ਤੁਹਾਡੀ ਜਵਾਨੀ ਸਲਾਮਤ ਰਹੇ, ਤੇ ਜਿੱਥੇ ਅਲੀ ਖੁਦ ਫਰਮਾਵਨ, ਅੱਜ ਮੈਂ ਬਤਾਤਾ ਹੂੰ ਮੈਂ ਕੌਣ ਹੂੰ, ਕਿਉਂ ਮਲੰਗ ਜੀ, ਉੱਥੇ ਤੇ ਮਾਹੌਲ ਹੀ ਵੱਖਰਾ ਹੋ ਸੀ ਨਾ, ਰੰਗ ਵੱਖਰਾ ਹੋ ਸੀ, ਜਿਹੜੇ ਤੁਹਾਡੇ ਵਰਗੇ ਜਿਵੇਂ ਮੰਨਣ ਵਾਲੇ ਸਨ ਨਾ, ਤੁਹਾਡੇ ਵਰਗੇ ਜਿਵੇਂ ਤੁਹਾਡੇ ਚਿਹਰੇ ਖਿਲ ਗਏ, ਉਹਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ, ਉਹਨਾਂ ਆਖਿਆ ਵਾਹ 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 ਵਾਹ, ਅੱਜ ਅਲੀ ਦੀ ਜ਼ੁਬਾਨੀ ਅਲੀ ਸੁਣਾਂਗੇ। ਤੁਸੀਂ ਸਾਰੇ ਬੋਲੇਗੇ ਹੌਲੀ ਹੌਲੀ, ਬਸ ਥੋੜ੍ਹਾ ਜਿਹਾ ਨਾਲ ਥੋੜ੍ਹਾ ਥੋੜ੍ਹਾ ਚੱਲਦੇ ਰਹੋ, ਅੱਜ ਮੌਲਾ ਦੀ ਜ਼ੁਬਾਨੀ ਮੌਲਾ ਸੁਣਾਂਗੇ। ਉਹਨਾਂ ਦੇ ਚਿਹਰੇ ਖਿਲ ਗਏ, ਤੇ ਜਿਹੜੀ ਦੂਸਰੀ ਪਾਰਟੀ ਆਈ ਉਹ ਵਿੱਚ ਹੀ ਆਈ, ਉਹਨਾਂ ਆਖਿਆ ਅੱਜ ਤੇ ਰੜੀ ਨਿਕਲ ਜਾਣੀ ਹੈ, ਅੱਜ ਤੇ ਬਚਣਾ ਹੀ ਕੁਛ ਨਹੀਂ। ਆਖਦੇ ਪੈਣ ਅੱਜ ਮੈਂ ਅਲੀ ਦੱਸਣਾ ਮੈਂ ਕੌਣ ਆ, ਬ
ਬੰਦਾ ਪੁੱਛੇ ਕੁਝ ਰਹਿ ਗਿਆ ਜਿਹੜਾ ਦੱਸਣ ਵਾਲਾ ਹੈ ਸਾਦੇ ਤੇ ਤੁਹਾਨੂੰ ਪਤਾ ਆਰਫ ਵਾਲੇ ਅਲੀ ਵਾਲੇ ਜੋਸ਼ੀਲੇ ਹੁੰਦੇ ਨੇ ਜਦੋਂ ਮੁਨਕਰਾਂ ਦੀ ਹਾਲਤ ਵੇਖੀ ਨਾ ਤੇ ਇੱਕ ਅਲੀ ਵਾਲਾ ਉੱਠਿਆ ਮੌਲਾ ਦੇ ਕਦਮਾਂ ਤੇ ਹੱਥ ਲਾ ਕੇ ਤੇ ਮੌਲਾ ਜਲਦੀ ਫਰਮਾਓ ਮੌਲਾ ਜਲਦੀ ਫਰਮਾਓ ਪੰਜ ਬੰਦੇ ਬੋਲੋ ਮੌਲਾ ਦੀ ਕਸਮ ਮੈਂ ਰਾਜ਼ੀ ਹਾਂ ਬਈ ਹੱਥ ਖੋਲਿਓ ਮੌਲਾ ਜਲਦੀ ਫਰਮਾਓ ਅਲੀ ਫਰਮਾਇਆ ਹਾਂ ਲੇਕਿਨ ਉਤਨੀ ਬਤਾਊਂਗਾ ਜਿਤਨੀ ਇੱਕ ਹਕੀਕੀ ਮੋਮਨ ਕਾ ਦਿਲ ਬਰਦਾਸ਼ਤ ਕਰ ਸਕੇ ਆਏ ਆਏ ਬਾਦਸ਼ਾਹ ਫਰਮਾਇਆ ਉਤਨੀ ਬਤਾਊਂਗਾ ਜਿਤਨੀ ਇੱਕ ਹਕੀਕੀ ਮੋਮਨ ਕਾ ਦਿਲ ਬਰਦਾਸ਼ਤ ਕਰ ਸਕੇ ਅਲੀ ਫਰਮਾਇਆ ਅਗਰ ਮੈਂ ਸਾਰੇ ਫਜ਼ਾਇਲ ਬਤਾ ਦੂੰ ਤਾਂ ਦੁਨੀਆ ਬਰਦਾਸ਼ਤ ਨਾ ਕਰ ਸਕੇ ਬਾਦਸ਼ਾਹ ਫਰਮਾਇਆ ਉਤਨੀ ਬਤਾਊਂਗਾ ਜਿਤਨੀ ਇੱਕ ਹਕੀਕੀ ਮੋਮਨ ਕਾ ਦਿਲ ਬਰਦਾਸ਼ਤ ਕਰ ਸਕੇ ਜੀ ਮੌਲਾ ਫਰਮਾਓ ਸ਼ਮਸਾਬਾਦ ਵਾਲਿਓ ਆਰਫ ਵਾਲਿਓ ਪਹਿਲੀ ਦਫ਼ਾ ਹਾਜ਼ਰ ਹੋਇਆ ਵਾਦਾ ਵਫਾ ਹੋ ਗਿਆ ਪਹਿਲੀ ਸਤਰ ਤੇ ਮੇਰਾ ਸਾਥ ਦਿਓ ਮੌਲਾ ਦਾ ਵਾਸਤਾ ਮੌਲਾ ਫਰਮਾਓ ਅਲੀ ਫਰਮਾਇਆ ਦੱਸਾਂ ਯਕੀਨ ਦੁਨੀਆ ਤੋਂ ਹੈ ਖੁਦਾ ਪਰ ਮਗਰ ਖੁਦਾ ਦਾ ਯਕੀਨ ਮੈਂ ਹੂੰ ਬੰਦੇ ਸਾਰੇ ਸਿਆਣੇ ਨੇ ਸਾਰੇ ਹੱਜ ਆਇਓ ਹੈਦਰੀ ਅੱਲਾ ਤੇਰੀ ਜ਼ਿੰਦਗੀ ਦੇ ਰਾਤ ਨੂੰ ਅੱਲਾ ਤੈਨੂੰ ਸਲਾਮਤ ਰੱਖੇ ਬਸ ਹੋਰ ਚਾਰ ਪੰਜ ਬੰਦੇ ਨਾਲ ਰਲ ਕੇ ਮਜਲਿਸ ਮੈਂ ਪੂਰੀ ਪੜ ਦਵਾਂਗਾ ਅਲੀ ਫਰਮਾਏ ਯਕੀਨ ਦੁਨੀਆ ਤੋਂ ਹੈ ਖੁਦਾ ਪਰ ਮਗਰ ਖੁਦਾ ਦਾ ਯਕੀਨ ਮੈਂ ਹੂੰ ਅਲ ਮੁਹੰਮਦ ਦਾ ਮੰਨਣ ਵਾਲਾ ਅਨਪੜ ਹੋ ਸਕਦਾ ਜਹਿਲ ਨਹੀਂ ਹੋ ਸਕਦਾ ਮੇਰੇ ਬਾਬੇ ਔਰ ਮੇਰੇ ਬਜ਼ੁਰਗ ਮਲੰਗ ਜੀ ਹੱਥ ਆਇਆ ਸਰ ਆਇਆ ਅਲੀ ਫਰਮਾਏ ਯਕੀਨ ਦੁਨੀਆ ਤੋਂ ਹੈ ਖੁਦਾ ਪਰ ਮਗਰ ਖੁਦਾ ਦਾ ਯਕੀਨ ਮੈਂ ਹੂੰ ਜਹਾਂ ਪਰ ਮਿਰਾਜ ਮੁਸਤਫਾ ਥੀ ਵਹਾਂ ਸੇ ਆਗੇ ਮਕੀਨ ਮੈਂ ਹੂੰ ਕਿਆ ਬਾਤ ਯਾਰ ਮੌਲਾ ਦੀ ਕਸਮ ਜੰਨਤ ਚ ਬੁਲਾ ਲਿਆ ਜਿਹੜੇ ਜਵਾਨ ਨਹੀਂ ਬੋਲਦੇ ਮੈਨੂੰ ਬੜਾ ਰਮਾਨ ਤੁਹਾਡੇ ਤੇ ਹੱਥ ਉੱਚੇ ਹੈਦਰੀ ਅੱਲਾ ਤੁਹਾਡੀ ਜ਼ਿੰਦਗੀ ਦਰਾਜ਼ ਫਰਮਾਏ ਮੇਰੇ ਭਾਈ ਮੇਰੇ ਬਾਬਾ ਜੀ ਬੜੀ ਮਿਹਰਬਾਨੀ ਅੰਕਲ ਜੀ ਅੱਲਾ ਆਪਕਾ ਸਾਇਆ ਸਲਾਮਤ ਰੱਖੇ ਬੱਚੋ ਕੇ ਸਾਥ ਆਬਾਦ ਰਹੇ ਅਲੀ ਫਰਮਾਇਆ ਯਕੀਨ ਦੁਨੀਆ ਕੋ ਹੈ ਖੁਦਾ ਪਰ ਭਾਈ ਸੁਣ ਲੈ ਅੱਲਾ ਤੈਨੂੰ ਵੀ ਸਲਾਮਤ ਰੱਖੇ ਮਗਰ ਖੁਦਾ ਦਾ ਯਕੀਨ ਮੈਂ ਹੂੰ ਜਹਾਂ ਪਰ ਮਿਰਾਜ ਮੁਸਤਫਾ ਥੀ ਵਹਾਂ ਸੇ ਆਗੇ ਮਕੀਨ ਮੈਂ ਹੂੰ ਪੰਜ ਬੰਦੇ ਬੋਲੋ ਮੈਂ ਰਾਜ਼ੀ ਹਾਂ ਅਲੀ ਫਰਮਾਇਆ ਓਏ ਮੇਰੀ ਅਦਾਵਤ ਦੀਨ ਪਰ ਤੁਮੇ ਖਬਰ ਹੈ ਕਿ ਦੀਨ ਮੈਂ ਹੂੰ ਸਲਾਮਤ ਆਚਾਓ ਬਾਈ ਬੜੀ ਮਿਹਰਬਾਨੀ ਬਾਈ ਸ਼ੁਕਰੀਆ ਅਲੀ ਫਰਮਾਇਆ ਯਕੀਨ ਦੁਨੀਆ ਕੋ ਹੈ ਖੁਦਾ ਪਰ ਮਗਰ ਖੁਦਾ ਦਾ ਯਕੀਨ ਮੈਂ ਹੂੰ ਤਾਰਕ ਬਾਈ ਦਾਤ ਤਾਂ ਫਿਰ ਦੇਣੀ ਪੈਣੀ ਹੈ ਤੁਸੀਂ ਬੜੇ ਸੋਹਣੀ ਜਿਹੀ ਜਗ੍ਹਾ ਤੇ ਬੈਠੇ ਵੱਡੇ ਵਿਆਹ ਹੋ ਇੰਜ ਨਹੀਂ ਫਿਰ ਗੱਲ ਵਿੱਚ ਨਹੀਂ ਮੌਲਾ ਦਾ ਵਾਸਤਾ ਸਾਥ ਉਹਨੂੰ ਦੇਣਾ ਪੈਣਾ ਹੈ ਅਲੀ ਫਰਮਾਇਆ ਯਕੀਨ ਦੁਨੀਆ ਕੋ ਹੈ ਖੁਦਾ ਪਰ ਮਗਰ ਖੁਦਾ ਦਾ ਯਕੀਨ ਮੈਂ ਹੂੰ ਜਹਾਂ ਪਰ ਮਿਰਾਜ ਮੁਸਤਫਾ ਥੀ ਵਹਾਂ ਸੇ ਆਗੇ ਮਕੀਨ ਮੈਂ ਹੂੰ ਮੇਰੇ ਬਜ਼ੁਰਗੋ ਤੁਹਾਡੀ ਬਜ਼ੁਰਗੀ ਦੀ ਕਸਮ ਹੈ ਮੈਂ ਤੁਹਾਡੇ ਤੇ ਕਬਰ ਤੱਕ ਰਾਜ਼ੀ ਹਾਂ ਜੇ ਤੁਹਾਡੇ ਬੱਚੇ ਆਪਣੀ ਸਤਰ ਤੇ ਨਾ ਬੋਲੇ ਮੈਂ ਆਰਫ ਵਾਲੇ ਦੇ ਬਜ਼ੁਰਗਾਂ ਕੋਲ ਮਾਫੀ ਮੰਗ ਕੇ ਸਲਾਮ ਕਰਕੇ ਟੁਰ ਜਾਵਾਂਗਾ ਵੱਧ ਕਦੀ ਮੂਡ ਬਣਿਆ ਤੇ ਕਲਬਲ ਵੀ ਹਾਜ਼ਰ ਹੋ ਜਾਏਗਾ ਜੇ ਸੁਣੇਗੇ ਤੇ ਮੌਲਾ ਦੀ ਕਸਮ ਹੈ ਜਿਤਨਾ ਆਖੇਗੇ ਮੈਂ ਅਲਮ ਦਵਾ ਬਣਾ ਕੇ ਆਖਣਾ ਜਿਤਨਾ ਆਖੇਗੇ ਮੈਂ ਪੜਦਾ ਰਵਾਂਗਾ ਅਲੀ ਫਰਮਾਇਆ ਯਕੀਨ ਦੁਨੀਆ ਤੋਂ ਹੈ ਖੁਦਾ ਪਰ ਮਗਰ ਖੁਦਾ ਦਾ ਯਕੀਨ ਮੈਂ ਹੂੰ ਜਹਾਂ ਪਰ ਮਿਰਾਜ ਮੁਸਤਫਾ ਥੀ ਵਹਾਂ ਸੇ ਆਗੇ ਮਕੀਨ ਮੈਂ ਹੂੰ ਅਲੀ ਫਰਮਾਇਆ ਫਰੋਜ਼ ਮਾਸ਼ਰ ਖੁਦਾ ਕਹੇਗਾ ਵਲੀ ਨਹੀਂ ਤੋ ਜਲੀ ਨਹੀਂ ਹੈ ਆਪਾਤ ਤੇ ਉਨਕੇ ਮੂੰਹ ਤੇ ਮਾਰੋ ਜਿਨ ਕੇ ਦਿਲ ਮੇ ਅਲੀ ਨਾ ਜਦੋਂ ਦਿਲ ਚਲੀਏ ਤੁਹਾਨੂੰ ਅਲੀ ਦਾ ਵਾਸਤਾ ਪੰਜ ਵਾਰੀ ਆਖੇ ਇਧਰ ਆਓ ਦੋਨੋਂ ਬਾਈ ਆਪ ਹੀ ਆਓ ਯਾਰ ਸਾਹਮਣੇ ਆਓ ਸਾਹਮਣੇ ਬਾਈ ਆਪ ਹੀ ਆ ਗਿਆ ਆਓ ਆਓ ਆਗੇ ਆ ਜਾ ਬਾਈ ਆਗੇ ਆ ਜਾ ਆਗੇ ਆ ਗਿਆ ਪਲੀਜ਼ ਆਗੇ ਆ ਗਿਆ ਬਾਈ ਮੈਂ ਪੜ੍ਹ ਦਵਾਂ ਤੇਰੀ ਜ਼ਿੰਦਗੀ ਦਰਾਜ਼ ਹੋ ਇਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਮੇਰੀ ਉਕਾਤ ਨਾਲ ਵੱਧ ਸੁਣਿਆ ਹੁਣ ਓਨਾ ਹੀ ਪੜ੍ਹਨਾ ਜਿੰਨਾ ਤੁਸੀਂ ਆਖਣਾ ਜਿਤਨਾ ਤੁਸੀਂ ਆਖਣਾ ਅਲੀ ਫਰਮਾਇਆ ਪਰੋਜ਼ ਮਾਸ਼ਰ ਖੁਦਾ ਕਹੇਗਾ ਵਲੀ ਨਹੀਂ ਤੋ ਜਲੀ ਨਹੀਂ ਹੈ ਆਬਾਦ ਤੇ ਉਨਕੇ ਮੂੰਹ ਪੇ ਮਾਰੋ ਜਿਨ ਕੇ ਦਿਲ ਮੇ ਇੱਕ ਵਾਰੀ ਉੱਚੀ ਆਖੋ ਜਿਨ ਕੇ ਦਿਲ ਮੇ ਹਰ ਬੰਦੇ ਨੂੰ ਅਲੀ ਨਹੀਂ ਪਚਦਾ ਹਰ ਬੰਦਾ ਅਲੀ ਨਹੀਂ ਪਚਾ ਸਕਦਾ ਕੋਈ ਬੁਲਾਏ ਨਾ ਬੁਲਾਏ ਉਹਦੀ ਆਪਣੀ ਮਰਜ਼ੀ ਹੈ ਮੇਰਾ ਰਿਜ਼ਕ ਅੱਠਵੇਂ ਦੀ ਜੁੱਤੀ ਥੱਲੇ ਜਿਹੜੀ ਰਾਜ ਕਬਰ ਚ ਬਾਹਰ ਕੋਈ ਨਹੀਂ ਜ਼ਿੰਮੇਦਾਰੀ ਦੇ ਨਾਲ ਪਿਆ ਆਖਣਾ ਹਰ ਬੰਦੇ ਨੂੰ ਅਲੀ ਪਚ ਨਹੀਂ ਸਕਦਾ ਅੰਮਾ ਚੰਗੀ ਹੋਵੇ ਤੇ ਅਲੀ ਚੰਗਾ ਲੱਗਦਾ ਹੈ
जवान नहीं बोले मैं थोड़िया मावा की गवाही पिया देना यार मेरा साथ दियो बाबा जी सलाम है मां चंगी हो गई अली चंगा लगता है तेरी जवानी की कसम मैं तेरी मोहब्बत च गवाही पड़ लगा हर बंदे नु अली पच नहीं सकता गलत को सही अच्छा नहीं लगता फसल को चरी अच्छा नहीं लगता ओए बलायत मां की शराफत का नाम है अलवी नजायज बच्चों को अली अच्छा लगता है एक बारी हाथ चाल तेरे अंदर अली है चंगिया मां का पुत्र बोलो हैदर पुत्रां दे शहर होने भाई आप सलामत रहे सर बड़ी मेहरबानी इस बच्चे को सलाम है इसके माँ बाप को सलाम है जो अली के नाम पे खुश हो रहे हैं वलायत माँ की शराफत का नाम है अलवी नजायज बच्चों को अली अच्छा एक बारी याद आखिए ना एक बारी खुदा दी कसम जिक्र ऐते ते हाथे एक बारी सच्चे दिल नाल याद आखिए ना तो पूरी दुनिया ते इज्जत लभदी जेड़े जाकर आखते ना बोलिया करो मौला दे वास्ता खत्मे कुरान दा सवाब है इस वजह तो जेत को तुहानू जाकर आखा ना यार नारा लाओ तो दे नाल लड़ना पया करो उहदा शुक्रिया अदा करया करो भाई इबादत हो रही है इंजी गल मैं हुआ कोई भी हुआ या अली आखिए तो नस्लां तर जांदियां ने भाई हाथ खोली मौला दा वास्ता मीडिया का दौर है मेरे भरा ने जो लाई चला रहे हैं अब कोई बंदा ऐसा नहीं जो मीडिया इस्तेमाल नहीं कर रहा या अली आखिए नस्लां तर जांदियां ने आरफ आलिओ मेरा नहीं यकीन ते अरशद नदीम नूं पुछ लो मौला दी कसम मैं तेरे ते राजी हो गया हाथ उच्चे हाय अली अरशद नदीम का पता जे पता जे ना बड़ी मेहरबानी बुजुर्ग इशारा किया और जिन्हें नेजा सटे हाँ नेजा एडी दूर गया वर्ल्ड रिकॉर्ड हो गया ते कई रिकॉर्ड टूट गए पाकिस्तान का झंडा सारे तो उच्चा चढ़ रहा सारे वजीर मशीद उसके घर टूट गए सलामी देने वास्ते उन्हें नेजा सटन तो बस इन्ना ही आख्या या अली मदद या अली एक बार आखो या अली बंदे आया ने 92.97 मीटर तक गया मैं क्या अगर आज जरूरी ऐलान सुनो नीरा 92 मीटर तक नहीं गया अरशद नदीम नेजा सतन तो पहला आखे या अली मदद मुनकर दे के लेते च वजा है आए 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 अल्लाह अकबर एक गल होर कर लवा ते फिर कसीदा शुरू जेड़े मेरे दोस्त भाई पीछे बैठो कर लवा गल अल्लाह तो सलामत रखे खैबर का दरवाजा आज तक थल्ले ही नहीं आया मैं पढ़ देनी है फिर पढ़ दवा एक बारी फिर खड़ा हो भाई मैंने इशारा किया मौला अब्बास दी रुबाई पढ़ दे लेकिन रुबाई डाढ़ी यार जेड़ा ना बोलिया मैं तेरे नाल उहदे कोल जावांगा लड़ना नहीं तरला ही करना है आखना भाई केड़ी मजबूरी है अली के भुक्स में ऐसा नसीब फूट गया कि ज़हन से दामने अकलो शऊर छूट गया अब उनकी नस्ल में कैसे कोई हलाली हो अलम को देख जिनका निकाह टूट गया बड़ी मेहरबानी भाई पहली बार आया तो बड़े कमाल लोग यार बड़े मेहमान नवाज लोग बड़े कदर करने वाले लोग मैं झोली चौक से दुआ मांगना ऐसे साथ पूरे खानदान नाल नजफ जाओ मैं तो यही दे सकना भाई बड़ा कसीदा
मेरा साथ दे गए हम मौला का वास्ता सिर नहीं हिलाना। मैं बड़ा सफर करके आया, बड़ा सफर करना है। बंदे पुछते ने अली अली करते पे ने, इन्हां दे बच्चे नाल ने, इन्हां दे बुजुर्ग ने, इन्हां दे जवान वजह की। मैं कह दसा साडा मौला है अली पेशवा Yeah।
बड़ी मेहरबानी भाई, बड़ी मेहरबानी। ओ दीशान ना मुल्ला चुपा कैमरे वालों चल रही है ना डबल बंदा देखने जरा सिर हिला ले मुल्तान दा बारी नहीं मिला सब भाई दा मैं सर सपड़ लगा इंज सवाल कर दिया मैं अली दे दुश्मन बन गया ओए अली दे दुश्मन बन मेरे आपे ते हाथ है आज की आई है जाना है मैं कहीं अब क्या करना चाहना जेड़ा जेड़ा अली दा जोड़ा दुश्मन ने चाहू च खलो गया गया जरूरी ऐलान सुने कबर च हवा नहीं लगनी मलंग पिछ बोल के सही आखिया तेनू नहीं लगनी तेनू नहीं लगनी और संगत केड़ा है तेनू लगनी है मेनू नहीं लगनी मलंग मेनू लगनी है उस आखिया तेन किस गल का मान है जे थानू इस गल का मान होया ना तो मौला का वास्ता सिर हलाया किस गल का मान है मलंग मुस्कुरा के आदा अली नू मनिया है अरे भाई आपको उधर से इधर बुलाया है मेरा साथ देना मलंग वास्ता अली नू मनिया है अली नू मनिया है मैं हवा लगनी है बहस होती गई थोड़े दिन गुजरे तो मलंग फोर हो गया मलंग कबर च गया वो जरा अली का दुश्मन आई वो कबर के कोलो गुजरिया आधा जब मैं पूछा तो सही को आके ना कबर के हाथ मार ओए मोहम्मद अली वहां लगती बड़िया गल करता मेरी कबर च वहां लगनी है उत्ते वे किन्नी मिट्टी है तेरे साइया सुराख भी नहीं दिता हाथ खोले मलंग वास्ता हवा लगती
अल्लाह ने मलंग नु ताकत दी थी बाबा जी तुसी मलंग हो मलंग कब्र च बोलिया अब अली दा दुश्मन बन च मैं कब्र चा मैं मंदिर देख रहा है तेनु मशवरा देना अब तेरा मशवरा मलंग दा हुन दे ना सर बड़ी मेहरबानी अल्लाह रशा दे रंग लावे मौला तुम किसी का मोहताज ना करे एक सोजी बार बार मैं खुद मारते पे ने उसाद जी आप फड़ो तुम पता है नाल होंगे ने इन्हों की मान लैनी चाहिए मान लो इन्हों की मान लो जे तुसी ना ना बोले अच्छा लो जनाब इंग्लैंड पढ़िया तो भाई ने सुनिया लाइव वो कह रहे भाई वह एक शेर पढ़ दें लेकिन हम पता नहीं कितने लेकिन जिन्ना होंगे पढ़ दवा जना कौन मखदूमा जमाने में जो है हिजाबे खुदा वो है सैयदा अपने मजमे आखिया मेरा साथ दे मैं कोशिश करूंगा पूरा पढ़ना पढ़ी जाओ मेरा मौला वारिस ज़माने में जो है हिजाबे खुदा सुनो फातिमा
बाबा बुलंदा को बड़ी मेहरबानी अल्लाह तुम सलामत रखे कहां है मखदूम सुनो फातिमा बेटी हदीसे किसा वो है सैयदा बुलंदी क्या है अल्लाह
ਸੁਆਇਆ ਜਿਹੜੀਆਂ ਤੂੰ ਦਸੀਆਂ ਉੱਤੇ ਆਵਾ ਟਾਈਮ ਨਹੀਂ ਲਾਉਂਦੇ ਰਹੇ ਆ ਆਵੇ ਹਲਾ ਸਾਰਾ ਬੜਾ ਪੂਰਾ ਹੀ ਜੰਨਤ ਕਿਉਂ ਨਹੀਂ ਜਾਣ ਦਿੰਦਾ ਜਾਂ ਭਲਾ ਸ਼ੀਆ ਨਹੀਂ ਜਾਂ ਤੇਰਾ ਬਾਬਾ ਸਾਹਿਬ ਨੂੰ ਅਜ਼ਮਾਉਣਾ ਹੈ ਅੱਲਾ ਦੀ ਆਵਾਜ਼ ਆਈ ਗਈ ਮੈਂ ਇਹਨਾਂ ਨੂੰ ਦੋਜ਼ਖ ਚ ਸੁੱਟੋ ਅੱਲਾ ਸਾਰਾ ਕਸੂਰ ਕੀ ਹੈ ਖਾਲਕ ਦੀ ਆਵਾਜ਼ ਆਈ ਗਈ ਮੈਂ ਸੱਚ ਜਾਣਦਾ ਹਾਂ ਹਾਜੀ ਨਮਾਜ਼ੀ ਮੁਹੰਮਦ ਦੀ ਬੇਟੀ ਨਹੀਂ ਤੁਮ ਤੇਰਾ ਇਸ ਬੀਬੀ ਕਾ ਸਦਕਾ ਮੈਂ ਸ਼ੇਰ ਪੂਰਾ ਕਰ ਦੇਣਾ ਲੇਕਿਨ ਆਖਰੀ ਲਾਈਨ ਬੜੀ ਕਮਾਲ ਹੈ ਅੱਲਾ ਦੀ ਆਵਾਜ਼ ਆਈ ਮੈਂ ਸੱਚ ਜਾਣਦਾ ਰਾਜ਼ੀ ਹੋ ਜਨਾਬ ਰਾਜ਼ੀ ਹੋ ਸਰ ਜੀ ਓਕੇ ਕਰੋ ਓਕੇ ਮੇਰਾ ਵੱਡਾ ਵੀਰਾ ਹੈ ਕਾਜ਼ੀ ਵਸੀਮ ਸਾਹਿਬ ਓਕੇ ਕਰਵਾਉਂਦਾ ਓਕੇ ਕਰੋ ਜਿਹੜੇ ਇੰਜ ਨਹੀਂ ਕਰਦੇ ਤੁਹਾਡੇ ਉੱਥੇ ਕੋਈ ਨਹੀਂ ਤੇ ਕਰੋ 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 ਮੇਰੇ ਅੱਲਾ ਜਿਹੜਾ ਇੰਜਨ ਕਰੇ ਇਸੇ ਸਾਲ ਲਾਹੌਰ ਏਅਰਪੋਰਟ ਤੇ ਕਰਬਲਾ ਵਾਸਤੇ ਇੰਜਨ ਕਰੋ ਹੁਣ ਤੇ ਕਰ ਲਓ ਰਾਜ਼ੀ ਹੋ ਇੱਕ ਇੱਕ ਲਾਈਨ ਪੰਜਾਬੀ ਦੀ ਫਿਰ ਤੇਰਾ ਇਹ ਜਦੋਂ ਨਹੀਂ ਥੱਕਦੇ ਤੇ ਮੈਂ ਕਿਉਂ ਥੱਕਾਂ ਬੜਾ ਜਨਾਬ ਇੱਕ ਮੇਰਾ ਕਸੀਦਾ ਮਸ਼ਹੂਰ ਹੈ ਪੰਜਾਬੀ ਦਾ ਬੜਾ ਮਸ਼ਹੂਰ ਹੈ ਇੱਕ ਸਵਾਲ ਕਰਕੇ ਤੇ ਕਸੀਦਾ ਪੜ ਲੱਗਾ ਬਾਰਗਾ ਬੜਾ ਸੋਹਣਾ ਬਣਿਆ ਇਹਦੇ ਵਿੱਚ ਮੈਨੂੰ ਕਾਲਾ ਲੱਗਾ ਹੋਵੇ ਤੇ ਕਿਹੜੀ ਸ਼ਾਇਦ ਲੋੜ ਹੈ ਇੱਕ ਦੋ ਤਿੰਨ ਚਾਰ ਪੰਜ ਬਾਕੀ ਕੰਧ ਕੱਪ ਲੈਣੀ ਚਾਹੀਦੀ ਇੱਕ ਜਗ੍ਹਾ ਤੇ ਮੈਂ ਕਿਹਾ ਕੰਧ ਕੱਪ ਲੈਣੀ ਚਾਹੀਦੀ ਤੇ ਤੁਹਾਡੇ ਵਰਗਾ ਇੱਕ ਮਲੰਗ ਬਜ਼ੁਰਗ ਖੜਾ ਹੋ ਗਿਆ ਉਸ ਕਹਿੰਦਾ ਨਹੀਂ ਨਹੀਂ ਟੱਪਣ ਵਾਲਿਆਂ ਨੂੰ ਮੰਨਿਆ ਹੀ ਨਹੀਂ ਹੁਣ ਸਾਰਾ ਮਜਮਾ ਬੋਲੇਗਾ ਇਮਾਮ ਬਾਰਗਾਹ ਦੇ ਬੋਲੇ ਨੂੰ ਤਾਲਾ ਲੱਗਾ ਹੋਵੇ ਤੇ ਕਿਹੜੀ ਸ਼ਾਦੀ ਲੋੜ ਹੈ ਚਾਬੀ ਦੀ ਮਸਜਿਦ ਜਾਣਾ ਹੋਵੇ ਅੱਗੋਂ ਤਾਲਾ ਲੱਗਾ ਹੋਵੇ ਤੇ ਕਿਹੜੀ ਸ਼ਾਦੀ ਲੋੜ ਹੈ ਇੱਕ ਸਾਥੀ ਆ ਕੇ ਯਾ ਰਸੂਲ ਅੱਲਾ ਸਾਡੀ ਜਾਨ ਵੀ ਕੁਰਬਾਨ ਸਾਡਾ ਮਾਲ ਵੀ ਕੁਰਬਾਨ ਸੋਹਣਿਆ ਤੁਸੀਂ ਆਖਿਆ ਜੰਨਤ ਦੇ ਅੱਠ ਬੂਹੇ ਨੇ ਜੇ ਉੱਥੇ ਤਾਲਾ ਲੱਗਾ ਹੋਇਆ ਤੇ ਚਾਬੀ ਕਿੱਥੋਂ ਲਵਾਂਗੇ ਯਾ ਰਸੂਲ ਅੱਲਾ ਜੇ ਜੰਨਤ ਨੂੰ ਤਾਲਾ ਲੱਗਾ ਹੋਇਆ ਮੇਰੇ ਭਾਈ ਹਾਲ ਕਲਮ ਵਾਲਾ ਦਵਾਸ ਦਾ ਹੁਣ ਤੁਹਾਡਾ ਮਜਮਾ ਥੱਕ ਗਿਆ ਤੇ ਮੈਨੂੰ ਰਮਾਨ ਆ ਜਾਣਾ ਹੈ ਜੇ ਤਾਲਾ ਲੱਗਾ ਹੋਇਆ ਤਾਂ ਚਾਬੀ ਕਿੱਥੋਂ ਲਵਾਂਗੇ ਜੰਨਤ ਦੀ ਚਾਬੀ ਕਿੱਥੋਂ ਖੁੱਲੇਗੀ ਨਬੀ ਸਾਹਿਬ ਦੀ ਮਹਿਫਲ 'ਚ ਖੜੇ ਨਬੀ ਮੁਸਕਰਾਏ ਤੇ ਗੱਲ ਕਰੀ ਜਾਂਦੇ ਅੱਲਾ ਦੇ ਨਬੀ ਮੇਰੇ ਦੀਏ ਗੱਲ ਖੋਲ ਜੰਨਤ ਦੀ ਚਾਬੀ ਨਹੀਂ ਅਲੀ
जी भाई मैं पढ़ पढ़ मैं पढ़ देना राजी हो ना उदा एक बार आके सुभान अल्लाह मेरे भाई ने मेरे दोस्त ने सारे ही अली आले अली आला हों दोस्त है इनकी गल अपना ही हों जो भी हो मैं इनकी समय मैं नहीं कभी आख्या भाई मैं कि बगानी जगह पर आया नहीं अली आल जो बंदा टुर जाए तो अपने ही मैं अपने चाहता हाँ तो भाइयों ने एक सीधा सुनया मेरा नैट से टिकटॉक से फेसबुक से वो बड़ा मशहूर होया तो मैं जो आया उन्हें आख पढ़नी वो हदीस है हदीस एक हदीस पढ़ी है मैं भाई तारक जी और सुनी भी आशक ने शिया ए मैंबर हुसैन के हथे जेडे लाइव चला रहे ने मेरे भाई ने क्योंकि मीडिया के दौर बंद झूठ नहीं बोल सकता यार सफर मजलस आई सियालकोट एक जगह मराकी वाल उत्थे मैं मजलिस पढ़न गया रात 10 to 11 मेरा टाइम है मैं गड्डी चो लथा 8-10 9 जवान लड़के उन्हें आख्या अलवी साहब असी शिया नहीं असी सुन्नी हाँ असी सुन्नी हाँ तो उन्हें आख्या आज दे असी तुहाडे बानी हाँ उन्हें आख्या सिर्फ ना दे बानी नहीं नियाज भी असी देनी न्याज भी असि मैं भाई तुम हाले सुनना तो मेरी न्याज पा रहे हो नाले मैंने बुलाया जी वजह की उन्हें क्या साढ़े चाऊ चाह मजलस है तुम एक हदीस पढ़ी असी सुनी है असि वो हदीस सुन के मन गए हाँ साडा डले सा पिछले भी मन जाए खुदा की कसम उन्हें क्या साडा डले तुम वो हदीस साढ़े चौंक च पढ़ो साढ़े पिछले भी मन जाए शमसाबाद वाले आरफ वाले वाले वो चौंक च मजलस शिया नो बहुत सुननी सी मैं हदीस बड़ी मौला की कसम सुनी हाँ मेरा मत्था चुमया किसी मेरा मुँह चुमया उन्हें क्या हद हो गई जे आखो तो हदीस पढ़ दो थक मैं भी गया वहां लेकिन मेरा दिल है बीबी की वकालत मैं कर ही जावा तुम तो नहीं थके गए वादा उन जी सुने जिम्मे चिट्ठी रोड वाले ने सुनी है वेखी जन्ना नैटे फिर तेरी दाद अगर पता लगे मैं उसे जाके मसाल देवा पढ़ा वो हदीस जी पढ़ी है दें दो इजाजत आखे नबी मुस्तफा राजी आखे नबी मुस्तफा राजी होना थे एक बारी सारे उच्चे अथरू राजी होना थे राजी होना थे एक सहाबी खड़ा होया या रसूल अल्लाह अल्लाह नमाजियां ते राजी है नबी फरमाया नहीं मेहरबानी सारे इत्थे आ जाओ हाजियां ते नहीं दीनदारां ते नहीं रोजेदारां ते नहीं मौला फिर सहाबा च गल खोलो अल्लाह कहना ते राजी है ऐ हथ पति खलोता मौला दा वास्ता जे मौला दा वास्ता जे मैं हुण तिकर कोई जगह नहीं जिथे पड़े आवे ते बंदे जमीन मल जाए या रसूल अल्लाह गल खोलो अल्लाह कहना ते राजी है नबी खड़े होए आप सरकार दे पाक लब मुस्कुराए नबी जड़ी हदीस पढ़ी भाई हाथ खोली नबी जड़ी हदीस पढ़ी पढ़ देना आखे नबी मुस्तफा मैं
मैं नौकर अल्लाह तोड़िया नस्ल आबाद रहा पुत्रां दे मैं फिर पढ़ देना मैं फिर पढ़ देना मेरी सहन दी वकालत में नहीं थकदा बंदे अगर गल्ला बोली कसमा बड़ियां खादियां ने कसमा साथ खादियां तू घर जाके सोचे रबी लवल दा महीना है केडी वड्डी हदीस पढ़ी है अगर हदीस ना आवे मेनू आ फल फला ले तेरा हाथ होएगा मेरा मेहरबान होएगा आखे नबी मुस्तफा ਇਹਨਾਂ
फरमाएंगे उनके फौरन बाद जाकर अहले बैत तहरीर मसाइब।